ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਐੱਸ ਐੱਸ ਟੀ ਮਾਸਟਰ ਕਾਡਰ, ਪੰਜਾਬੀ ਮਾਸਟਰ ਕਾਡਰ ਔਰ ਈ ਟੀ ਟੀ ਸੈਕਿੰਡ ਇਗਜ਼ਾਮ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ, ਜੋ ਕਿ ਕਾਫੀ ਹੈਲਪਫੁਲ ਨੇ ਤੁਹਾਡੀ ਮਾਸਟਰ ਕਾਡਰ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਵਾਸਤੇ, ਈ ਟੀ ਟੀ ਦੇ ਸੈਕਿੰਡ ਇਗਜ਼ਾਮ ਦੀ ਪ੍ਰੈਪਰੇਸ਼ਨ ਵਾਸਤੇ ਜੀ। ਔਰ ਇਸ ਤੋਂ ਇਲਾਵਾ ਕੋਈ ਵੀ ਇੰਪੋਰਟੈਂਟ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੀ। ਸੋ ਹੁਣ ਤੱਕ ਦੀਆਂ ਜਿਹੜੀਆਂ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਸੋ ਵੀਡੀਓ ਦੇ ਅੰਤ ਦੇ ਵਿੱਚ ਪਲੇਲਿਸਟ ਵੀ ਸ਼ੋ ਹੋ ਜਾਏਗੀ, ਜਿਸ ਨੂੰ ਟੱਚ ਕਰਕੇ ਤੁਸੀਂ ਆਪਣੀ ਜਿਹੜੀ ਮਾਸਟਰ ਕਾਡਰ ਦੀ ਈ ਟੀ ਟੀ ਸੈਕਿੰਡ ਇਗਜ਼ਾਮ ਦੀ ਜਾਂ ਪੀ ਐੱਸ ਟੈਟ ਦੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ। ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਰਿਲੇਟਡ ਹੈ ਜੀ, ਨੋਟੀਫਿਕੇਸ਼ਨ ਦੇ ਨਾਲ ਸੰਬੰਧਿਤ ਹੈ, ਜੋ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਜਿਹੜੀਆਂ ਨਿਕਲੀਆਂ ਨੇ ਜੀ ਪ੍ਰਾਇਮਰੀ ਜਮਾਤਾਂ, ਸੋਰੀ ਪ੍ਰੀ ਪ੍ਰਾਇਮਰੀ ਜਮਾਤਾਂ ਵਾਸਤੇ। ਸੋ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਹੋ ਚੁੱਕਾ ਜੀ। 8393 ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਚੁੱਕਾ ਜੀ। ਸੋ ਇਹ ਜਿਹੜੀ ਇੱਕ ਅੱਛੀ ਨਿਊਜ਼ ਹੈ ਜੀ। ਸੋ ਪੂਰੀ ਨਿਊਜ਼ ਕੀ ਉਹੀ ਆਪਾਂ ਦੇਖ ਲੈਂਦੇ ਹਾਂ ਜੀ ਕਿ ਪੰਜਾਬ ਦੇ ਸਿੱਖਿਆ ਨੀਤੀ ਵਿੱਚ ਹੁਣ ਸੁਨਹਿਰੀ ਬਦਲਾਅ ਜਿਹੜਾ ਕਹਿੰਦੇ ਕਿ ਹੋਣ ਜਾ ਰਿਹਾ, ਔਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਮਾਪਿਆਂ ਦਾ ਰੋਲ ਵੀ ਅਦਾ ਕਰਨਗੇ, ਔਰ ਪ੍ਰੀ ਪ੍ਰਾਇਮਰੀ ਸਿੱਖਿਆ ਦੇਣ ਲਈ 3 ਸਾਲ ਦੇ ਬੱਚਿਆਂ ਨੂੰ ਵੀ ਸਿੱਖਿਅਤ ਅਧਿਆਪਕ ਸਿੱਖਿਆ ਦੇ ਨਾਲ ਨਾਲ ਸਮਾਜਿਕ ਅਤੇ ਪਰਿਵਾਰਕ ਰਹਿਣ ਸਹਿਣ ਅਤੇ ਜ਼ਿੰਮੇਵਾਰੀ ਦੀ ਸਿੱਖਿਆ ਦੇਣਗੇ। ਔਰ ਹੁਣ ਤੱਕ ਇਹ ਜਿਹੜੀ ਜ਼ਿੰਮੇਵਾਰੀ ਸਿਰਫ ਪਰਿਵਾਰ ਦੇ ਮੈਂਬਰਾਂ 'ਤੇ ਹੀ ਸੀ, ਔਰ ਸੂਬਾ ਸਰਕਾਰ ਨੇ ਪੰਜਾਬ ਦੇ ਕਰੀਬ ਜਿਹੜਾ 13,000 ਪ੍ਰਾਇਮਰੀ ਸਕੂਲ ਨੇ ਜੀ, ਉਹਨਾਂ ਵਿੱਚ 3 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦੇਣ ਲਈ 8393 ਅਧਿਆਪਕਾਂ ਦੀ ਭਰਤੀ ਨੂੰ ਹਰੀ ਝੰਡੀ ਦਿੱਤੀ ਹੈ। ਔਰ ਨਿਯਮ ਜਿਹੜੇ ਤੈਅ ਹੁੰਦਿਆਂ ਹੀ ਨਵੇਂ ਭਰਤੀ ਅਧਿਆਪਕ ਆਪਣੀ ਜ਼ਿੰਮੇਵਾਰੀ ਤੁਰੰਤ ਸੰਭਾਲ ਲੈਣਗੇ। ਔਰ ਇਸ ਦੇ ਨਾਲ ਹੀ ਜਿਹੜਾ ਇਹਨਾਂ ਅਧਿਆਪਕਾਂ ਦੀ ਜਿਹੜੀ ਭਰਤੀ ਹੈ ਉਹ ਸੋਧੇ ਹੋਏ ਸਕਿੱਲਾਂ ਦੇ ਅਨੁਸਾਰ ਜਿਹੜੀ ਹੋਵੇਗੀ, ਔਰ ਤਨਖਾਹ ਜਿਹੜੀ ਹੈ ਪਹਿਲਾਂ ਨਾਲੋਂ ਕਹਿੰਦੇ ਕਾਫੀ ਜ਼ਿਆਦਾ ਹੋਊਗੀ। ਔਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਤਾਂ ਸ਼ੁਰੂ ਜਿਹੜੇ ਆਪਾਂ ਨੂੰ ਪਤਾ ਵੀ ਕਾਫੀ ਦੇਰ ਤੋਂ ਕਰ ਦਿੱਤੀਆਂ ਗਈਆਂ ਸੀ, ਪਰ ਇਸ ਦੇ ਲਈ ਜਿਹੜਾ ਅਧਿਆਪਕ ਜਿਹੜੇ ਨਿਯੁਕਤ ਨਹੀਂ ਸੀ ਕੀਤੇ। ਸੋ ਉਸ ਦੇ ਲਈ ਜਿਹੜਾ ਹੈ ਯੋਗ ਅਤੇ ਪੜ੍ਹੇ ਲਿਖੇ ਅਧਿਆਪਕ ਅਤੇ ਰੈਗੂਲਰ ਜਿਹੜੇ ਨੇ ਉਹ ਰੱਖਣ ਦਾ ਫੈਸਲਾ ਲਿਆ ਗਿਆ। ਔਰ ਪ੍ਰੀ ਪ੍ਰਾਇਮਰੀ ਸਿੱਖਿਆ ਲਈ ਮਹਿਕਮੇ ਦੇ ਪ੍ਰਸਤਾਵ 'ਤੇ ਸਰਕਾਰ ਨੇ 8393 ਅਧਿਆਪਕਾਂ ਦੀ ਭਰਤੀ ਲਈ 1 ਦਿਨ ਪਹਿਲਾਂ ਹੀ ਨੋਟੀਫਿਕੇਸ਼ਨ ਜਿਹੜਾ ਜਾਰੀ ਆ ਉਹ ਕਰ ਦਿੱਤਾ ਹੈ ਜੀ। ਔਰ ਇਸ ਦੇ ਲਈ ਜਿਹੜਾ ਹੈ ਨਿਯਮਾਂ ਦੀ ਜਿਹੜੀ ਰੂਪਰੇਖਾ ਹੈ ਉਹ ਤੈਅ ਕੀਤੀ ਜਾ ਰਹੀ ਹੈ, ਔਰ ਪ੍ਰੀ ਪ੍ਰਾਇਮਰੀ ਜਮਾਤਾਂ ਲਈ NTT ਅਧਿਆਪਕਾਂ ਨੂੰ ਜਿਹੜਾ ਰੈਗੂਲਰ ਆਧਾਰ 'ਤੇ ਭਰਤੀ ਕੀਤਾ ਜਾਵੇਗਾ, ਔਰ ਕਰੀਬ 3.25 ਲੱਖ ਛੋਟੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਸਿੱਖਿਆ ਦਿੱਤੀ ਜਾਵੇਗੀ। ਸੋ ਯੋਗਤਾ ਜਿਹੜੀ ਹੈ NTT ਰੱਖੀ ਜਾਊਗੀ, ਔਰ ਬਾਕੀ ਸੋ ਇਸ ਦੇ ਵਿੱਚ ਇਹਨਾਂ ਨੇ ਇਹੀ ਲਿਖਿਆ ਕਿ ਜਿਹੜਾ ਸਿੱਖਿਆ ਸਕੱਤਰ ਜੀ ਨੇ ਦੱਸਿਆ ਕਿ ਉਹਨਾਂ ਪ੍ਰੀ ਪ੍ਰਾਇਮਰੀ ਕਲਾਸਾਂ ਲਈ 93 ਅਧਿਆਪਕਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ, ਅਤੇ ਇਹਨਾਂ ਅਧਿਆਪਕਾਂ ਦੀ ਜਿਹੜੀ ਭਰਤੀ ਹੈ ਉਹ ਮੈਰਿਟ ਆਧਾਰ 'ਤੇ ਹੋਵੇਗੀ, ਕੀਤੀ ਜਾਵੇਗੀ, ਔਰ ਭਰਤੀ ਤੋਂ ਤੁਰੰਤ ਬਾਅਦ ਅਧਿਆਪਕ ਜਿਹੜੇ ਨੇ ਜਮਾਤਾਂ ਸੰਭਾਲ ਲੈਣਗੇ। ਸੋ ਜਿਹੜਾ ਪੂਰਨ ਨੋਟੀਫਿਕੇਸ਼ਨ ਆਏਗਾ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ। ਸੋ ਇਸ ਨਿਊਜ਼ ਦੇ ਅਨੁਸਾਰ ਜਿਹੜਾ ਹੈ ਨੋਟੀਫਿਕੇਸ਼ਨ 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦਾ ਉਹ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਜੀ। ਸੋ ਇਸ ਦੇ ਨਾਲ ਰਿਲੇਟਡ ਕੋਈ ਵੀ ਹੋਰ ਨਿਊਜ਼ ਹੋਈ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ। ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਹੈ ਮਿਲਦਾ ਰਹੇ। ਔਰ ਇਸ ਦੇ ਨਾਲ ਹੀ ਪ੍ਰੈਪਰੇਸ਼ਨ ਵਾਸਤੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਵਾਸਤੇ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।